ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦਿੱਲੀ ਤੋਂ ਸ਼ੁਰੂ ਹੋਇਆ ਜੋ ਖਾਲਸਾ ਫਤਿਹ ਮਾਰਚਾ, ਅੱਜ ਆਪਣੇ ਦੂਸਰੇ ਪੜਾਅ ਲਈ ਆਪਣਾ ਕਰਨਾਲ ਤੋਂ ਰਵਾਨਾ ਹੋ ਕੇ ਇੱਥੇ ਕੁਰਕਸ਼ੇਤਰ ਪੁੱਜਾ। ਔਰ ਕੁਰਕਸ਼ੇਤਰ ਸਾਡੇ ਛੋਟੇ ਜਿਹੇ ਸੱਦੇ 'ਤੇ ਸਾਰੇ ਕੁਰਕਸ਼ੇਤਰ ਦੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਨੇ, ਧਾਰਮਿਕ ਸਭਾ ਸੁਸਾਇਟੀਆਂ ਨੇ, ਉਹ ਹੂਮ ਆ ਕੇ ਪੁੱਜੀਆਂ ਨੇ। ਉਹਨਾਂ ਲਈ ਉਹਨਾਂ ਦਾ ਧੰਨਵਾਦ। ਇੱਥੇ ਬਹੁਤ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਰਲ ਕੇ ਔਰ ਸਭਾ ਸੁਸਾਇਟੀਆਂ ਨਾਲ ਪ੍ਰਬੰਧ ਕੀਤਾ ਗਿਆ। ਔਰ ਜਿਸ ਤਰ੍ਹਾਂ ਸੰਗਤ ਦਾ ਜਿਹੜਾ ਉਤਸ਼ਾਹ ਆ, ਸਾਨੂੰ ਇੰਨੀ ਆਸ ਨਹੀਂ ਸੀ ਵੀ ਬਹੁਤ ਵੱਡੀ ਗਿਣਤੀ 'ਚ ਇੱਥੇ ਸੰਗਤ ਇਕੱਤਰ ਹੋਈ ਆ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜਿਹੜਾ ਨਗਰ ਕੀਰਤਨ ਆ ਆਪਣੇ ਮਿੱਥੇ ਪੜਵਾ 'ਤੇ ਰਵਾਨਾ ਹੋ ਕੇ ਪਹੁੰਚਦਾ ਰਹੇਗਾ। ਇਹ ਜੋ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਦੇ ਮਹਾਨ ਬਹਾਦਰ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ, ਸਰਦਾਰ ਜੱਸਾ ਸਿੰਘ ਦੀ ਰਾਮਗੜੀਆ, ਉਹਨਾਂ ਦੇ 300 ਸਾਲਾ ਜੀਵਨ ਨੂੰ ਮੁੱਖ ਰੱਖਦਿਆਂ ਹੋਇਆ, ਉਹਨਾਂ ਦੇ 300 ਸਾਲਾ ਪ੍ਰਕਾਸ਼ ਦਿਹਾੜਾ ਸਮੁੱਚਾ ਸਿੱਖ ਜਗਤ ਮਨਾ ਰਿਹਾ। ਇਹ ਉਪਰਾਲਾ ਸ਼੍ਰੋਮਣੀ ਕਮੇਟੀ ਨੇ ਦਿੱਲੀ ਤੋਂ ਸ਼ੁਰੂ ਕੀਤਾ। ਦਿੱਲੀ 16 ਤਰੀਕ ਤੋਂ ਇਹ ਪ੍ਰੋਗਰਾਮ ਚੱਲ ਰਹੇ ਨੇ। ਕੱਲ੍ਹ ਇਹ ਜਿਹੜਾ ਨਗਰ ਕੀਰਤਨ ਆ ਦਿੱਲੀ ਕੁੰਡਲੀ ਬੈਰੀਅਰ ਤੋਂ ਹਰਿਆਣੇ 'ਚ ਪ੍ਰਵੇਸ਼ ਕੀਤਾ ਸੀ। ਜਿਸ ਤਰ੍ਹਾਂ ਅੱਜ ਕੁਰਕਸ਼ੇਤਰ ਦੀ ਸੰਗਤ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ, ਬਹੁਤ ਜੋਸ਼ ਦੇ ਨਾਲ ਸੰਗਤ ਆਪਣੇ ਗੁਰੂ ਦਾ, ਆਪਣੇ ਉਸ ਮਹਾਨ ਸੂਰਵੀਰ ਦਾ ਸਵਾਗਤ ਕਰਨ ਵਾਸਤੇ, ਉਹਨਾਂ ਦੇ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਨੇ। ਇਸੇ ਤਰ੍ਹਾਂ ਕੱਲ੍ਹ ਦੇ ਪ੍ਰੋਗਰਾਮ ਵੀ ਇਸੇ ਤਰ੍ਹਾਂ ਰਹੇ। ਅੱਜ ਇਹ ਨਗਰ ਕੀਰਤਨ ਹੁਣ ਤਰੌੜੀ ਪਹੁੰਚ ਗਿਆ, ਕਰਨਾਲ ਤੋਂ ਸ਼ੁਰੂ ਹੋਇਆ ਤਰੌੜੀ ਪਹੁੰਚ ਗਿਆ, ਅਤੇ ਥੋੜ੍ਹੇ ਦੇਰ 'ਚ ਅੱਗੇ ਸ਼ਾਹਬਾਦ ਜਾਏਗਾ। ਸ਼ਾਹਬਾਦ ਤੋਂ ਬਾਅਦ ਇਹ ਅੱਗੇ ਅੰਬਾਲਾ ਕੈਂਟ, ਉੱਥੇ ਇਹਨਾਂ ਦਾ ਦੁਪਹਿਰ ਦਾ ਖਾਣਾ ਉਹਦਾ ਪ੍ਰਬੰਧ ਕੀਤਾ ਹੋਇਆ, ਅਤੇ ਰਾਤ ਦੇ ਟਾਈਮ ਇਹਨਾਂ ਦਾ ਜਿਹੜਾ ਵਿਸ਼ਰਾਮ ਆ ਰਾਜਪੁਰੇ ਤੋਂ ਹੁੰਦਿਆਂ ਹੋਇਆ ਪਟਿਆਲੇ ਜਾ ਕੇ ਗੁਰਦੁਆਰਾ ਦੁੱਖ ਨਿਵਾਰਨ 'ਚ ਇਹਨਾਂ ਨੇ ਵਿਸ਼ਰਾਮ ਕਰਨਾ। ਅਗਲਾ ਪ੍ਰੋਗਰਾਮ ਜਿਹੜਾ ਵਾ ਉਹ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ, ਉਹ 4 ਤਰੀਕ ਨੂੰ ਇਹ ਨਗਰ ਕੀਰਤਨ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗਾ, ਅਤੇ 5 ਤਰੀਕ ਨੂੰ ਮੁੱਖ ਸਮਾਗਮ ਦਰਬਾਰ ਸਾਹਿਬ ਅੰਮ੍ਰਿਤਸਰ ਰੱਖਿਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਜਿੰਨੀ ਵੀ ਹਰਿਆਣਾ ਦੀ ਸੰਗਤ ਨੇ ਸਹਿਯੋਗ ਦਿੱਤਾ, ਖਾਸ ਕਰਕੇ ਕੁਰਕਸ਼ੇਤਰ ਦੀ ਸੰਗਤ ਨੇ ਸਹਿਯੋਗ ਦਿੱਤਾ। ਅੱਜ ਦਾ ਦਿਹਾੜਾ ਜੋ ਸਰਦਾਰ ਜੱਸਾ ਸਿੰਘ ਰਾਮਗੜੀਆ ਉਹਨਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ, ਸਿੱਖ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 70 ਛਾਇਆਂ ਥੱਲੇ ਰਹਿ ਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਨੇ। ਦਿੱਲੀ ਤੋਂ ਚੱਲ ਕੇ ਇਹ ਜਿਹੜਾ ਨਗਰ ਕੀਰਤਨ ਹੈ, ਇਹ ਸ੍ਰੀ ਗੁਰੂ ਰਾਮਦਾਸ ਦੇ ਦੁਆਰੇ 'ਤੇ ਅੰਮ੍ਰਿਤਸਰ ਜਾਣਾ ਹੈ। ਸਭ ਸੰਗਤਾਂ ਪੜਾਂ ਵਾਈ ਪੜਾਂ ਵੱਧ ਚੜ੍ਹ ਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਨੇ। ਮੈਂ ਸਾਰੀਆਂ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਜੱਸਾ ਸਿੰਘ ਆਲੂ ਵਾਲੇ ਦਾ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਨੇ।